ਤੁਹਾਡਾ ਇੱਥੇ ਆਣਾ ਅਤੇ ਦਸ਼ਮੇਸ਼ ਪਿਤਾ ਦੀ ਖਾਲਸਾਈ ਸੋਚ ਤੇ ਮਾਣ ਕਰਨਾ ਇਹ ਇਤਿਹਾਸ ਦੇ ਪੰਨੇ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਬੋਲੇ ਸੋਨਿਹਾਲ ਯਾਦ ਰੱਖਿਆ ਜਾਵੇਗਾ ਖਾਲਸਾ ਨੇ ਨਾ ਕਦੇ ਰਹਿਮ ਮੰਗਿਆ ਨਾ ਕਦੇ ਮੰਗੇਗਾ ਖਾਲਸਾ ਹਮੇਸ਼ਾ ਸ਼ਹਾਦਤ ਜਿੰਦਾ ਰਿਹਾ ਹੈ ਤੇ ਅਸੀਂ ਸ਼ਹਾਦਤ ਦੇ ਕੇ ਇਸ ਧਰਤੀ ਦਾ ਮਾਣ ਵਧਾਵਾਂਗੇ ਕੌਮ ਦਾ ਮਾਣ ਵਧਾਵਾਂਗੇ ਮੈਂ ਤੁਹਾਡਾ ਆਸ਼ੀਰਵਾਦ ਦੀ ਮੰਗ ਕਰਦਾ ਹਾਂ ਤੁਹਾਡੇ ਆਸ਼ੀਰਵਾਦ ਸਦਕਾ ਹੀ ਮੈਂ ਹੁਣ ਤੱਕ ਚੱਲਿਆ ਅੱਗੇ ਵੀ ਮੈਨੂੰ ਤੁਹਾਡੇ ਆਸ਼ੀਰਵਾਦ ਤੇ ਪਿਆਰ ਦੀ ਲੋੜ ਹੈ ਤੁਸੀਂ ਮੇਰੇ ਨਾਲ ਆ ਕੇ ਖੜੇ ਹੋਏ ਹੋ ਤੁਹਾਨੂੰ ਯਾਦ ਰੱਖਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले ਥੋੜਾ ਜਿਹਾ ਪਿੱਛੇ ਹੋ ਜਾਓ ਰਾਜਵਾਣਾ ਸਾਹਿਬ ਰਾਜਵਾਣਾ ਸਾਹਿਬ ਰਾਜਵਾਣਾ ਸਾਹਿਬ ਮਤਲਬ ਇੱਕ ਸਿੱਖ ਰਵਾਇਤਾਂ ਦਾ ਕਾਂਡ ਹੋ ਰਿਹਾ ਮੈਂ ਵੈਸੇ ਲਿਖ ਕੇ ਦਿੱਤਾ ਇੱਕ ਪੇਜ ਮੇਰਾ ਪਲੀਜ਼ ਉਹਨਾਂ ਤੋਂ ਕਲੈਕਟ ਕਰਨਾ ਇਹ ਮਤਲਬ ਸਿੱਖ ਰਵਾਇਤਾਂ ਦਾ ਕਾਂਡ ਆ ਖਾਲਸੇ ਨੇ ਕਦੇ ਵੀ ਮਦਰ ਰਹਿਮ ਨਹੀਂ ਮੰਗਿਆ ਇਹ ਮਤਲਬ ਕੌਮ ਇੱਕ ਸਿਆਸੀ ਮੌਕਾ ਪ੍ਰਸਤੀ ਦੇ ਕਾਰਨ ਸਿਆਸੀ ਮੌਕਾ ਪ੍ਰਸਤੀ ਦੇ ਕਾਰਨ ਕੌਮੀ ਖਾਲਸਾਈ ਕਦਰਾਂ ਕੀਮਤਾਂ ਨੂੰ ਢਾਹ ਲਾਈ ਜਾ ਰਹੀ ਆ ਇੱਕ ਵਿਅਕਤੀ ਦੇ ਰਹਿਮ ਦੇ ਪਿੱਛੇ ਸਮੁੱਚੀ ਕੌਮ ਦਾ ਉਹਨਾਂ ਕਾਤਲਾਂ ਤੋਂ ਰਹਿਮ ਮੰਗਣਾ ਇੱਕ ਅਤਮੰਦ ਭਾਗੀ ਘਟਨਾ ਬਸ।